thank you ਸਵਾਗਤ ਹੈ ਵੀਡੀਓ ਨਿਊਜ਼ ਦੇਖ ਰਹੇ ਸਾਇ ਦਸ਼ਕਾ ਦਾ ਮਹਿਰ ਅੰਪ੍ਰਿਤ ਕੋਟ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਡਾਕਟਰ ਸਪੀਕ ਦੇ ਉੱਪਰ ਤੇ ਬੜੀ ਹੀ ਇੰਪੋਰਟੈਂਟ ਗੱਲ ਹੈ ਕਿ ਐਨ ਐਪਲ ਡੇ ਡਾਕਟਰਸ ਅਵੇ ਲਕਨ ਹੁੰਦੇ ਟਾਈਮ ਦੇ ਉੱਪਰ ਸਾਨੂੰ ਡਾਕਟਰਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੇ এনवायरमेंट ਦੇ ਵਿੱਚ ਸਾਡੇ ਹੈਲਥ ਦੇ ਵਿੱਚ ਕਾਫੀ ਸਾਰੇ ਚੇਂਜਸ ਆ ਚੁੱਕੇ ਹੈ ਸੋ ਮੇਰੇ ਨਾਲ ਇਸ ਟੈਂਟੇ ਨੇ ਡਾਕਟਰ ਅਮਿਤ ਸੂ ਜੋ ਕਿ ਕੋਸਮਿਕ ਹੈਲਥ ਸਿਟੀ ਦੇ ਡਾਇਰੈਕਟਰ ਨੇ ਜੇ ਕਹਿ ਸਕਦੇ ਹੋ ਕਿ ਉਹਨਾਂ ਨੇ ਇੱਕ ਹੈਲਥ ਸਿਟੀ ਬਣਾਈ ਹੈ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਫਿਟ ਕਰ ਸਕਦੇ ਹੋ ਸਸਟ੍ਰਿਕਲ ਡਾਕਟਰ ਸਾਹਿਬ ਥੈਂਕ ਯੂ ਥੈਂਕ ਯ ਤੁਹਾਡ ਨੂੰ ਵੀ ਅੱਜ ਤੁਸੀਂ ਇੱਕ ਟਾਈਮ ਕੱਢਿਆ ਸਾਡੇ ਲਈ ਤੇ ਸਾਰੇ ਈ ਵਿਊਅਰਸ ਜਿਹੜੀ ਇਹ ਡਿਸਕਸ਼ਨ ਨੂੰ ਸੁਣਨਗੇ ਤੇ ਆਈ ਹੋਪ ਇਸ ਡਿਸਕਸ਼ਨ ਤੋਂ ਬਾਅਦ ਕੁਝ ਚੰਗੀ ਸਿਹਤ ਦੀਆਂ ਗੱਲਾਂ ਅਸੀਂ ਆਪਣੇ ਲਾਈਫ 'ਚ ਲੈ ਕੇ ਆਵਾਂਗੇ ਤੇ ਹੋਰ ਸਿਹਤਮੰਦ ਬਣਾਂਗੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਗੀ ਕਿ ਡਾਕਟਰ ਸਾਹਿਬ ਅ ਯੂਐਸ ਤੋਂ ਹੁੰਦੇ ਹੋਏ ਬੰਬੇ ਤੋਂ ਹੁੰਦੇ ਹੋਏ ਹੁਣ ਪੰਜਾਬ 'ਚ ਆਏ ਨੇ ਕਿ ਪੰਜਾਬ ਦੇ ਲੋਕਾਂ ਨੂੰ ਸੀ ਫਿਟ ਕਰਨਾ ਹੈ ਰਾਈਟ ਯੈਸ ਅੱਛਾ ਡਾਕਟਰ ਸਾਹਿਬ ਤੁਹਾਡੇ ਜਿਹੜਾ ਹਲਥ ਸਿਟੀ ਦਾ ਨਾਮ ਹੈ ਕੋਸਮਿਕ ਸੋ ਕੋਸਮਿਕ ਦਾ ਰੀਅਲ ਮੀਨਿੰਗ ਕੀ ਹੈ ਤੁਸੀਂ ਕੋਸਮਿਕ ਕਿਉਂ ਨਾਮ ਰੱਖਿਆ ਕਿਉਂਕਿ ਬੜਾ ਡਿਫਰੈਂਟ ਜਿਹਾ ਨੇਮ ਹੈ ਔਰ ਮੈਨੂੰ ਜਦੋਂ ਮੈਂ ਸੁਣਿਆ ਸੀ ਤੇ ਉਸ ਟਾਈਮ ਤੇ ਮੈਨੂੰ ਲੱਗਾ ਕਿ ਇਹ ਨਾਮ ਐਸਟਰਾ ਦਾ ਕਿ ਜਿਵੇਂ ਜਿਹੜੇ ਟ੍ਰੈਂਡੀ ਜਿਹੇ ਲੋਕ ਹੁੰਦੇ ਨੇ ਨਾ ਉਹਨਾਂ ਵਰਗਾ ਨਾਮ ਤੁਸੀਂ ਇਹਦਾ ਨਾਮ ਕਿਉਂ ਰੱਖਿਆ ਕੋਸਮਿਕ ਸੋ ਬੇਸਿਕਲੀ ਜਦੋਂ ਮੈਂ ਪੰਜਾਬ ਵਾਪਸ ਆਇਆ ਆਫਟਰ ਮਾਈ ਟ੍ਰੇਨਿੰਗ ਜਿੰਨਾ ਵੀ ਮੈਂ ਐਕਸਪੀਰੀਅੰਸ ਲੈ ਕੇ ਆ ਆਇਆ ਤੇ ਮੈਂ ਦੇਖਿਆ ਕਿ ਵੀ ਇੱਥੇ ਜਿਹੜੇ ਸੈਂਟਰਸ ਬਣੇ ਹੋਏ ਆ मोस्ट ਆਫ ਦਾ ਸੈਂਟਰਸ ਕੁਝ ਨੂੰ ਛੱਡ ਕੇ ਸਾਰਿਆਂ ਦਾ ਜਿਹੜਾ ਸੈਂਟਰਸ ਦਾ ਨਾਮ ਹੈ ਉਹ ਲੋਕਾਂ ਨੇ ਆਪਣੇ ਸਰਨੇਮ ਤੇ ਰੱਖਿਆ ਹੋਇਆ ਹੈ ਕੋਈ ਗੁਪਤਾ ਹੈ ਕੋਈ ਕੋਈ ਮਿੱਤਲ ਹੈ ਕੋਈ ਸੋ देयर ਆਰ ਲਾਟ ਆਫ ਥਿੰਗਸ ਕਿ ਬਈ ਹਰ ਬੰਦੇ ਨੇ ਆਪਣੇ ਨਾਮ ਦੇ ਤੇ ਸੈਂਟਰ ਆਪਣਾ ਬਣਾਇਆ ਹੋਇਆ ਹੈ ਸੋ ਮੇਰਾ ਹਮੇਸ਼ਾ ਇਹ ਰਿਹਾ ਹੈ ਕਿ ਬਈ ਮੈਂ ਚਾਹਨਾ ਹੈ ਕਿ ਮੇਰੀ ਜਿਹੜੀ ਸਰਵਿਸਿਜ਼ ਹੈ ਜਿਹੜੀ ਮੇਰੀ ਸਕਿੱਲ ਹੈ ਉਹ ਲੋਕਾਂ ਕੋਲੇ ਲੋਕਲੀ ਨਹੀਂ 글로ਬਲੀ ਪਹੁੰਚੇ ਤੇ 글로ਬਲੀ ਪਹੁੰਚਣ ਲਈ ਮੈਨੂੰ ਨਾਮ ਵੀ ਗਲੋਬਲ ਚਾਹੀਦਾ ਸੀਗਾ ਸੋ ਕੋਸਮਿਕ ਇਸ ਬੇਸਿਕਲੀ ਕੋਸਮਿਕ ਇਸ ਬ੍ਰਹਮੰਡ ਕੋਸਮੋਸ ਸੋ ਮੈਂ ਇੱਕ ਇਹਦਾ ਨਾਮ ਕੋਸਮਿਕ ਇਸੇ ਲਈ ਰੱਖਿਆ ਤਾਂ ਕਿ ਮੇਰੇ ਕੋਲੇ ਕਿਸੇ ਵੀ ਧਰਮ ਦਾ ਕਿਸੇ ਵੀ ਸਟੇਟ ਦਾ ਕਿਸੇ ਵੀ ਮੁਲਕ ਦਾ ਬੰਦਾ ਮੇਰੇ ਕੋਲੇ ਅਪਰੋਚ ਕਰੇ ਤੇ ਉਹਨੂੰ ਇਹ ਨਾ ਲੱਗੇ ਕਿ ਵੀ ਇਹ ਡਾਕਟਰ ਇੱਕ ਪਾਰਟिकुलर ਚੀਜ਼ ਨੂੰ ਸਪੈਸੀਫਾਈ ਕਰਦਾ ਹੈ ਸੋ ਆਈ ਊਡ ਆਈ ਵਾਂਟਿਡ ਕਿ ਵੀ ਮੇਰਾ ਜਿਹੜਾ ਨਾਮ ਹੈ ਜੋ ਵੀ ਮੈਂ ਆਪਣਾ ਕੰਮ ਕਰ ਰਿਹਾ ਹਾਂ ਇਹ ਗਲੋਬਲ ਲੱਗਣਾ ਚਾਹੀਦਾ ਹੈ ਇਹ ਗਲੋਬਲ ਹੋਣਾ ਚਾਹੀਦਾ ਹੈ ਤੇ ਉਹਨੂੰ ਗਲੋਬਲੀ ਲੈ ਕੇ ਜਾਣ ਲਈ ਅਸੀਂ ਕੌਸਮਿਕ ਦਾ ਨਾਮ ਰੱਖਦੇ ਹੋਏ ਹਸਪੀਟਲ ਦਾ ਨਾਮ ਅਸੀਂ ਹੈਲਥ ਸਿਟੀ ਰੱਖਿਆ ਹੈ ਹੈਲਥ ਸਿਟੀ ਮੀਨਸ ਇੱਕ ਇੱਕ ਸ਼ਹਿਰ ਜਿਹੜਾ ਸਾਰਿਆਂ ਨੂੰ ਹੈਲਥ ਦੇਵੇਗਾ ਸੋ ਇਹ ਇਹਦਾ ਰੀਜ਼ਨ ਸੀਗਾ ਕੌਸਮਿਕ ਹੈਲਥ ਸਿਟੀ ਦਾ ਨਾਮ ਆਂਦਾ ਬਟ ਡਾਕਟਰ ਸਾਹਿਬ ਤੁਸੀਂ ਬੜੀ ਸੋਹਣੀ ਗੱਲ ਕਰ ਗਏ ਕਿ ਮੈਂ ਜਿਹੜੇ ਸਾਰੇ ਤਰ੍ਹਾਂ ਨੂੰ ਮਿਲਾ ਕੇ ਤੇ ਇਸ ਦਾ ਨਾਮ ਰੱਖਿਆ ਬ੍ਰਹਮੰਡ ਸੋ ਤੁਸੀਂ ਮੋਗਾ ਵੀ ਚੂਜ਼ ਕੀਤਾ ਵਾਈ ਤੁਸੀਂ ਹੈਲਥ ਸਿਟੀ ਮੋਗਾ ਕਿ ਚੂਜ਼ ਕੀਤਾ ਪੰਜਾਬ ਦੇ ਵਿੱਚ ਸੋ ਬੇਸਿਕਲੀ ਜਦੋਂ ਮੈਂ ਆਇਆ ਆਪਣੀ ਟ੍ਰੇਨਿੰਗ ਤੋਂ ਬਾਅਦ ਤਾਂ ਮੈਂ ਆਪਣੇ ਐਕਸਪੀਰੀਅੰਸ ਕਰਦਾ ਹੋਇਆ ਜਦੋਂ ਮੈਂ ਪਹੁੰਚਿਆ ਪੰਜਾਬ ਸੋ ਮੈਂ ਬਹੁਤ ਸ਼ਹਿਰਾਂ ਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਲਾਈਕ ਚੰਡੀਗੜ੍ਹ ਬਟਿੰਡਾ ਅੰਮ੍ਰਿਤਸਰ ਲੁਧਿਆਣਾ ਫਿਰੋਜ਼ਪੁਰ ਫਰੀਦਕੋਟ ਸੋ ਮੈਂ ਦੇਖਿਆ ਕਿ ਕਿੱਥੇ ਮੈਂ ਆਪਣਾ ਇੱਕ ਬੇਸ ਸੈਂਟਰ ਬਣਾਵਾ ਜਿੱਥੇ ਲੋਕ ਮੇਰੇ ਕੋਲੇ ਅਪਰੋਚ ਕਰ ਪਾਣ ਸੋ ਯੂ نو ਇਹਨਾਂ ਕੁਝ ਕਰਨ ਤੋਂ ਬਾਅਦ ਜਦੋਂ ਅਸੀਂ ਸਟੱਡੀ ਕਰਦੇ ਹਾਂ ਕਿਸੇ ਚੀਜ਼ ਨੂੰ ਤੇ ਮੈਂ ਦੇਖਿਆ ਪੰਜਾਬ ਦਾ ਮੈਂ ਮੈਪ ਖੋਲ੍ਹ ਲਿਆ ਮੈਂ ਦੇਖਿਆ ਕਿ ਮੋਗਾ ਇਜ਼ ਅ ਸੈਂਟਰ ਆਫ ਪੰਜਾਬ ਸੋ ਵਾਈ ਨਾਟ ਇੱਕ ਸੈਂਟਰ ਪੰਜਾਬ ਦੇ ਸੈਂਟਰ ਚ ਬਣੇ ਜਿਹਦੀ ਕਨੈਕਟੀਵਿਟੀ ਹਰ ਜਗ੍ਹਾ ਐਟ ਲੀਸਟ ਬਾਏ ਰੋਡ ਘੰਟੇ ਸਵੇ ਘੰਟੇ ਦੀ ਹੋਣੀ ਚਾਹੀਦੀ ਹੈ ਕਿ ਲੋਕੀ ਸਾਡੇ ਕੋਲੇ ਘੰਟੇ ਸਵੇ ਘੰਟੇ ਚ ਪਹੁੰਚ ਪਾਨ ਤੇ ਮੈਂ ਵੀ ਕਿਤੇ ਪਹੁੰਚ ਪਾਵਾਂ ਸੋ ਬਾਕੀ ਇਹ ਹੈ ਕਿ ਜਦੋਂ ਤੁਸੀਂ ਇੱਕ ਸੈਂਟਰ ਨੂੰ ਸੋਚ ਕੇ ਆਪਣਾ ਬਣਾਨੇ ਹੋ ਉਹਦਾਂ ਇਜ਼ੀ ਹੋ ਜਾਂਦਾ ਸਾਰਾ ਕਨੈਕਟੀਵਿਟੀ ਆਸਾਨ ਹੋ ਜਾਂਦੀ ਹੈ ਬਾਈ ਬਾਕੀ ਅੱਜਕੱਲ ਜੇ ਆਪਾਂ ਕਹੀਏ ਕਿਸੇ ਵੀ ਸ਼ਹਿਰ ਚ ਇੱਕ ਕੋਨੇ ਤੋਂ ਦੂਜੇ ਕੋਨੇ ਚ ਪਹੁੰਚਣ ਲਈ ਕੰਟਾ ਡੇਢ ਘੰਟਾ ਲੱਗ ਜਾਂਦਾ ਸੋ ਦੈਟ ਵਾਸ ਅ ਰੀਜ਼ਨ ਕਿ ਇਹ ਪੰਜਾਬ ਦਾ ਸੈਂਟਰ ਹੈ ਸੋ ਇਹਦੀ ਇਹਦੀ ਜਿਹੜੀ ਸਥਾਪਨਾ ਮੈਂ ਉੱਥੇ ਕੀਤੀ ਸਾਡੇ ਮੇਨ ਸੈਂਟਰ ਦੀ ਹੁਣ ਡਾਕਟਰ ਸਾਹਿਬ ਅਸੀਂ ਗੱਲ ਉੱਥੇ ਆਨੇ ਆ ਜਿਹੜਾ ਕਿ ਸਾਰੇ ਸੁਣਨਾ ਚਾਹੁੰਦੇ ਨੇ ਕਿ ਜਿਹੜਾ ਓਵਰ weight ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕਿਤੇ ਇੱਕ ਜ਼ਿਆਰ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਓਵਰ weight ਨੂੰ ਅਸੀਂ ਇੱਕ ਨਿਊ ਟੈਕਨੀਕ ਦੇ ਨਾਲ ਵੀ ਠੀਕ ਕਰ ਸਕਦੇ ਹਾਂ ਸੋ ਅਸੀਂ ਉਸ ਟੈਕਨੀਕ ਬਾਰੇ ਵੀ ਜਾਣਾਂਗੇ ਨਾਲ ਇਹ ਵੀ ਜਾਣਾਂਗੇ ਕਿ ਜਿਹੜੇ ਡਾਇਬੀਟਿਕ ਪੇਸ਼ੈਂਟਸ ਨੇ ਉਹ ਓਵਰ weight ਤੱਕ ਨਾ ਪਹੁੰਚਣ ਓਲੀ ਹੱਦ ਤੱਕ ਨਾ ਪਹੁੰਚਣ ਉਹਨਾਂ ਨੂੰ ਆਪਾਂ ਕਿਵੇਂ ਠੀਕ ਕੀਤਾ ਜਾਏ ਰਾਈਟ ਮੈਂ ਚਾਹਾਂਗਾ ਕਿ ਤੁਸੀਂ ਔਰੇ ਬਾਰੇ ਦੱਸੋ ਕਿ ਤੁਹਾਡਾ ਜਿਹੜਾ ਮੇਨ ਸਰਜਰੀ ਆ ਉਹ ਕਿਦੇ ਉੱਪਰ ਆ ਔਰ ਡਾਇਬੀਟਿਕ ਓਵਰ weight ਪੇਸ਼ੈਂਟਸ ਨੂੰ ਤੁਸੀਂ ਕਿਵੇਂ ਠੀਕ ਕਰਦੇ ਬੇਸਿਕਲੀ ਮੇਰੇ ਕੋਲੇ ਜਦੋਂ ਵੀ ਕੋਈ ਆਂਦਾ ਹੈ ਕੋਈ ਓਵਰ weight ਨਾਲ ਮੇਰੇ ਕੋਲੇ ਪਰੇਸ਼ਾਨ ਆਂਦਾ ਹੈ ਕੋਈ ਮੈਨੂੰ ਪੁੱਛਦੇ ਡਾਕਟਰ ਸਾਹਿਬ ਅਸੀਂ ਠੀਕ ਕਿਵੇਂ ਹੋ ਸਕਦੇ ਹਾਂ ਸੋ ਸਾਨੂੰ ਸਭ ਤੋਂ ਸੌਖਾ ਤਰੀਕਾ ਦੱਸੋ ਤਾਂ ਸਭ ਤੋਂ ਸੌਖਾ ਤਰੀਕਾ ਮੈਂ ਕਹਿੰਨਾ ਹੈ ਕਿ ਪਹਿਲਾਂ ਆਪਣੀ ਲਾਈਫ ਸਟਾਈਲ ਚੇਂਜ ਕਰੀਏ ਤੁਸੀਂ ਕੱਲ ਤੋਂ ਸੈਰ ਸ਼ੁਰੂ ਕਰੋ ਥੋੜੀ ਜਿਹੀ ਆਪਣੀ ਡਾਈਟ ਕੰਟਰੋਲ ਕਰੋ ਹੁਣ ਇਹਦੇ ਚਾਹੀਏ ਕਿ ਕਈ ਲੋਕੀ ਆਲਰੇਡੀ ਬਹੁਤ ਐਕਸਰਸਾਈਜ਼ ਕਰ ਰਹੇ ਹੁੰਦੇ ਆ ਕਿ ਲੋਕੀ ਆਲਰੇਡੀ ਬਹੁਤ ਕੱਟ ਖਾ ਰਹੇ ਹੁੰਦੇ ਆ ਬਹੁਤ ਕੱਟ ਖੁਰਾਕ ਦੇ ਵਿੱਚ ਬਹੁਤ ਐਕਸਰਸਾਈਜ਼ ਨਾਲ ਜਦੋਂ weight ਨਹੀਂ ਕੱਟ ਰਿਹਾ ਨਾਉ ਵਾਟ ਨਾਉ ਹੁਣ ਜਦੋਂ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ weight ਵਾਧਾ ਤੁਰਦਾ ਜਾ ਰਿਹਾ ਹੈ ਪਲੱਸ ਡਾਇਬਟੀਜ਼ ਆ ਗਈ ਹੈ ਸੋ ਜੇ ਆਪਣੀ ਕੋਲੇ ਸਾਇੰਸ ਨੇ ਕੋਈ ਸੋਲੂਸ਼ਨ ਦਿੱਤਾ ਹੈ ਸੋ ਆਈ ਥਿੰਕ ਜੇ ਆਪਾਂ ਉਹਦੇ ਪ੍ਰੋਸ ਐਂਡ ਕੌਨਸ ਮਤਲਬ ਉਹਦੇ ਉਹਦੇ ਬੈਨੀਫਿਟਸ ਤੇ ਉਹਦੀ ਨੈਗੇਟਿਵਿਟੀਆਂ ਨੂੰ ਸਮਝਦੇ ਹੋਏ ਕੋਈ ਵੀ ਚੀਜ਼ ਕਰੀਏ ਸੋ ਬੇਸਿਕਲੀ ਆਪਾਂ ਉਹਦਾ ਬੈਨੀਫਿਟ ਲੈ ਸਕਦੇ ਆ ਆਪਣੀ ਹੈਲਥ ਲਈ ਤੇ ਆਪਣੀ ਕੁਆਲਿਟੀ ਆਫ ਲਾਈਫ ਨੂੰ ਆਪਾਂ ਵਧਾ ਸਕਦੇ ਆ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਓਵਰ weight ਦੀ ਜਾਂ ਡਾਇਬੀਟਿਕਸ ਦੀ ਅ ਮੇਰਾ ਇੱਕ ਹੋਰ ਸਵਾਲ ਬੜਾ ਇੰਪੋਰਟੈਂਟ ਹੈ ਜਿਹੜੇ ਸਾਰੇ ਆਡੀਅנס ਨੂੰ ਵੀ ਸ਼ਾਇਦ ਜਾਨਣਾ ਚਾਹੁੰਦੇ ਹੋਣਗੇ ਕਿ ਡਾਇਬੀਟਿਸ ਦੇ ਨਾਲ ਓਵਰ weight ਹੁੰਦਾ ਹੈ ਜਾਂ ਓਵਰ weight ਦੇ ਨਾਲ ਡਾਇਬੀਟਿਸ ਵੱਧਦੀ ਹੈ ਕਿਉਂਕਿ ਆਪਾਂ ਮਿੱਠਾ ਛੱਡ ਦਿੰਨੇ ਆ ਜਾਂ ਉਹਦੀ ਗੋਲੀ ਵੀ ਖਾ ਲੰਨੇ ਆ ਲੇਕਿਨ ਕਈ ਕਈ ਲੋਕ ਕਾਫੀ ਸਲਿੰਵੀ ਹੁੰਦੇ ਤਾਂ ਉਹਨਾਂ ਨੂੰ ਵੀ ਡਾਇਬਟੀਜ਼ ਹੋ ਜਾਂਦੀ ਲੇਕਿਨ ਓਵਰ weight ਨਾਲ ਡਾਇਬਟੀਜ਼ ਹੁੰਦੀ ਹੈ ਜਾਂ ਡਾਇਬਟੀਜ਼ ਨਾਲ ਓਵਰ weight ਹੁੰਦਾ ਇਹ ਵੀ ਸਵਾਲ ਹੈ ਇੱਕ ਬਹੁਤ ਬੇਸਿਕਲੀ ਜਿਹੜੀ ਡਾਇਬਟੀਜ਼ ਹੈ ਦੋ ਤਰ੍ਹਾਂ ਦੀ ਹੈ ਇੱਕ ਹੈ ਟਾਈਪ 1 ਡਾਇਬਟੀਜ਼ ਇੱਕ ਹੈ ਟਾਈਪ 2 ਡਾਇਬਟੀਜ਼ ਜੀ ਆਪਾਂ ਕਰੀਏ ਟਾਈਪ 1 ਡਾਇਬਟੀਜ਼ ਥੋੜੀ ਯੰਗ ਏਜ ਚ ਸ਼ੁਰੂ ਹੁੰਦੀ ਹੈ ਬੱਚਿਆਂ ਦੀ ਏਜ ਚ 8 ਤੋਂ 10 ਸਾਲ ਜਾਂ 15 ਸਾਲ ਤੱਕ ਸੋ ਇਹਦੇ ਚ ਕੀ ਹੁੰਦਾ ਬੇਸਿਕਲੀ ਪੈਨਕ੍ਰੀਆਸ ਜਿਹੜਾ ਹੈ ਸਾਡਾ ਜਿਹੜਾ ਇਨਸੂਲ ਜੇ ਦੀ ਇਨਸੂਲਿਨ ਬਣਾਉਣ ਦੀ ਕਪੈਸਿਟੀ ਖਤਮ ਹੋ ਜਾਂਦੀ ਹੈ ਸੇ ਇਸ এজ ਤੇ ਇਨਸੂਲਿਨ ਦੇ ਇੰਜੈਕਸ਼ਨ ਲੱਗਨੇ ਸ਼ੁਰੂ ਹੋ ਜਾਂਦੇ ਹੈ ਥਿਸ ਇਜ਼ ਟਾਈਪ 1 ਡਾਇਬੀਟੀਜ਼ ਅਨਫੋਰਚਨਟਲੀ ਸਾਇੰਸ ਹਜੇ ਵੀ ਕੰਟੀਨਿਊਸਲੀ ਐਫਰਟ ਕਰ ਰਹੀ ਹੈ ਪਰ ਟਾਈਪ 1 ਡਾਇਬੀਟੀਜ਼ ਦਾ ਹਜੇ ਵੀ ਸਾਡੇ ਕੋਲੇ ਕਿਉਰ ਨਹੀਂ ਆਇਆ ਪਰ ਜੇ ਆਪਾਂ ਗੱਲ ਕਰੀਏ ਟਾਈਪ 2 ਡਾਇਬੀਟੀਜ਼ ਦੀ ਜਿਹਨੂੰ ਅਸੀਂ ਅਡਲਟ ਆਨਸੈਟ ਡਾਇਬੀਟੀਜ਼ ਕਹਿੰਦੇ ਆ ਜਿਹੜੇ ਸਾਡੀ ਏਜ ਗਰੁੱਪ ਚ ਆਂਦੀ ਹੈ 20 25 ਜਾਂ 30 35 ਸਾਲਾਂ ਦੇ ਵਿੱਚ ਹੈ ਜਿਹਦੇ ਵਿੱਚ ਮੇਨ ਕਾਰਨ ਹੁੰਦਾ ਹੈ ਲਾਈਫ ਸਟਾਈਲ ਸਿਡੈਂਟਰੀ ਲਾਈਫ ਸਟਾਈਲ ਐਂਡ ਓਵਰ weight ਇਹ ਟਾਈਪ 2 ਡਾਇਬੀਟੀਜ਼ ਆਈ ਦੀ ਡੇਟ 'ਚ ਜੇ ਮੈਂ ਕਹਾਂ ਇੰਡੀਆ 2025 2025 ਡਾਇਬੀਟਿਕ ਕੈਪੀਟਲ ਆਫ ਦਾ ਵਰਲਡ ਡਿਕਲੇਅਰ ਹੋ ਚੁੱਕਾ ਹੈ ਬਹੁਤ ਵੱਡੀ ਗੱਲ ਹੈ ਜੇ ਅਸੀਂ ਪੋਪੂਲੇਸ਼ਨ 'ਚ ਚਾਈਨਾ ਤੋਂ ਪਿੱਛੇ ਹਮ ਸੈਕੰਡ ਨੰਬਰ ਤੇ ਹੈ ਪਰ ਅਸੀਂ ਡਾਇਬੀਟਿਕ ਡਾਇਬਟੀਜ਼ ਦਾ ਆਪਣੇ ਆਪ ਚ ਇੱਕ ਖਿਤਾਬ ਪਾ ਲਿਆ ਕਿ 2025 ਚ ਇੰਡੀਆ ਵਰਲਡ ਦੇ ਵਿੱਚ ਡਾਇਬੀਟਿਕ ਕੈਪੀਟਲ ਬਣ ਜਾਊਗੀ ਮੀਨਸ ਕਿ ਬਹੁਤ ਫਿਕਰ ਵਾਲੀ ਗੱਲ ਹੈ ਕਿ ਅਗਰ ਅਸੀਂ ਇਸ ਚੀਜ਼ ਉਪਰ ਕੰਟਰੋਲ ਨਹੀਂ ਕਰਦੇ ਤੇ ਅਸੀਂ 2025 ਦੇ ਵਿੱਚ ਪੋਪੂਲੇਸ਼ਨ ਚ ਵੀ ਨੰਬਰ 1 ਆਵਾਂਗੇ ਤੇ ਡਾਇਬੀਟਿਸ ਦੇ ਵਿੱਚ ਵੀ ਨੰਬਰ 1 ਆਵਾਂਗੇ ਸੋ ਇੰਨਾ ਓਵਰ weight ਸਾਡੇ ਕੋਲੇ ਜਿਹੜੇ ਆਪਣੀ ਸਾਡੀ ਪੋਪੂਲੇਸ਼ਨ ਹੈ ਇੰਡੀਆ ਦੀ ਸੋ ਬਿਕੋਜ਼ ਆਫ ਲਾਈਫ ਸਟਾਈਲ ਓਵਰ weight ਦੇ ਨਾਲ ਡਾਇਬੀਟਿਸ ਆ ਗਈ ਹੈ ਬਟ ਜਿਹੜੀ ਟਾਈਪ 2 ਡਾਇਬੀਟਿਸ ਹੈ ਪਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਟਾਈਪ 1 ਡਾਇਬੀਟੀਸ ਦਾ ਸਾਡੇ ਕੋਲੇ ਕੋਈ ਹਜੇ ਤੱਕ 100% ਕਿਉਰ ਨਹੀਂ ਹੈ ਟਾਈਪ 2 ਡਾਇਬੀਟੀਸ ਦਾ ਸਾਡੇ ਕੋਲੇ ਟਰੀਟਮੈਂਟ ਹੈ ਜਿਹੜੀ ਐਡਲਟ ਆਨਸੈਟ ਹੈ ਜਿਹਦੇ ਜਿਹੜੀ ਓਵਰ weight ਦੇ ਨਾਲ ਆਉਂਦੀ ਹੈ ਜਾਂ ਕਈ ਵਾਰ weight ਬਹੁਤ ਘੱਟ ਹੁੰਦਾ ਫਿਰ ਵੀ ਟਾਈਪ 2 ਡਾਇਬੀਟੀਸ ਹੁੰਦੀ ਹੈ ਇਹਦਾ ਜੇ ਅਸੀਂ ਸਾਇੰਸ ਦੀ ਮਦਦ ਲੈ ਕੇ ਟਰੀਟਮੈਂਟ ਕਰੀਏ ਸੇ 90% ਅਸੀਂ ਇਹਨੂੰ ਖਤਮ ਕਰ ਸਕਦੇ ਹਾਂ ਠੀਕ ਥੈਟ ਮੀਨਸ 90% ਜਦੋਂ ਪੇਸ਼ੈਂਟਸ ਇਹ ਇਲਾਜ ਕਰਵਾਉਂਦੇ ਆ ਸਾਡੇ ਕੋਲੇ ਟਾਈਪ 2 ਡਾਇਬੀਟਿਸ ਦਾ ਉਹਨਾਂ ਨੂੰ ਜੇ ਡਾਇਬੀਟਿਸ ਦੀ ਗੋਲੀ ਲੱਗੀ ਹੁੰਦੀ ਹੈ ਜਾਂ ਇਨਸੂਲਿਨ ਲੱਗੀ ਹੁੰਦੀ ਹੈ ਉਹ ਦੋਨੋਂ ਚੀਜ਼ਾਂ ਬੰਦ ਹੋ ਜਾਂਦੀਆਂ ਏਨ ਟਾਈਪ 2 ਡਾਇਬੀਟਿਸ 10% ਜੇ ਤੁਸੀਂ ਕਰੀਏ ਲੋਕੀ ਪੁੱਛਦੇ ਡਾਕਟਰ ਸਾਹਿਬ 100% ਕੀ ਹੈ ਤਾਂ ਇਹ 10% ਵੀ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਜਿਹੜਾ ਬੈਨੀਫਿਟ ਮਿਲਦਾ ਹੈ ਥੈਟ ਮੀਨਸ ਜੇ ਕਿਸੇ ਨੂੰ ਅੱਗੇ 100 ਯੂਨਿਟ ਇਨਸੂਲਿਨ ਲੱਗ ਰਹੀ ਹੈ ਜੇ ਇਨਸੂਲਿਨ ਬੰਦ ਕਰਕੇ ਸਿਰਫ ਗੋਲੀਆਂ ਤੇ ਆ ਜਾਣ ਇਹ ਕਿਸੇ ਨੂੰ 50 ਯੂਨਟ ਇਨਸੂਲਿਨ ਲੈਣਾ ਹੈ ਉਹ ਇਨਸੂਲਿਨ ਬੰਦ ਹੋ ਜੇ ਤੇ ਗੋਲੀਆਂ ਵੀ ਖਤਮ ਹੋ ਜੇ that means ਕਿ देयर इज अ ਇੰਪਰੂਵਮੈਂਟ देयर इज अ ਰੈਜ਼ੋਲੂਸ਼ਨ ਕਿਉਂਕਿ ਲੌਂਗ ਟਰਮ ਡਾਇਬੀਟੀਜ਼ ਦੀ ਜਿਹੜੀ ਕੰਪਲਿਕੀਸ਼ਨਸ ਹੈ ਆਫਟਰ 8 ਟੂ 10 ইয়ারਸ ਜਿੰਨਾ ਵੀ ਆਪਾਂ ਕੰਟਰੋਲ ਰੱਖੀ ਆਪਾਂ ਕੰਟਰੋਲ ਕਰਦੇ ਆਂ ਮੈਡੀਸਿਨਸ ਲੈਨੇ ਆ ਡਾਇਬੀਟੀਜ਼ ਦੀ ਪਰ 8 ਤੋਂ 10 ਸਾਲ ਦੇ ਬਾਅਦ ਡਾਇਬੀਟੀਜ਼ ਚ ਦੇਖਿਆ ਗਿਆ ਜੇ ਥੋੜਾ ਜਿਹਾ ਵੀ ਕੰਟਰੋਲ ਵੇਰੀ ਕਿੱਤਾ ਅੱਖਾਂ ਦੀ ਰੋਸ਼ਨੀ ਸਾਡੇ ਜਿਹੜੇ ਗੁਰਦੇ ਆ ਡਾਇਬੀਟੀਜ਼ ਦੇ ਨਾਲ ਰੈਟਿਨੋਪੈਥੀ ਹੁੰਦੀ ਹੈ ਗੁਰਦਿਆਂ ਚ ਨੇਫਰੋਪੈਥੀ ਹੁੰਦੀ ਹੈ ਹਾਰਟ ਦੇ ਵਿੱਚ ਹਾਰਟ ਅਟੈਕ ਆ ਜਾਂਦੇ ਹੈ ਸਟੈਂਟਿੰਗ ਹੋ ਜਾਂਦੀ ਹੈ ਬ੍ਰੇਨ ਦੀ ਵੈਸਲਜ਼ ਦੇ ਵਿੱਚ ਸਟ੍ਰੋਕ ਹੋ ਜਾਂਦਾ ਹੈ ਸੋ ਲੌਂਗ ਟਰਮ ਜਿਹੜੀ ਡਾਇਬੀਟੀਜ਼ ਦੀ ਕੰਪਲਿਕੀਸ਼ਨਸ ਹੈ ਜਿਵੇਂ ਅੱਖਾਂ ਦੀ ਰੋਸ਼ਨੀ ਡਾਇਬੀਟੀਜ਼ ਇਫੈਕਟ ਕਰ ਦਿੰਦੀ ਹੈ ਰੈਟੀਨੋਪੈਥੀ ਗੁਰਦਿਆਂ ਚ ਡਾਇਬੀਟੀਜ਼ ਫਰਕ ਕਰਦੀ ਹੈ ਨੇਫਰੋਪੈਥੀ ਹਾਰਟ ਦੀ ਵੈਸਲਜ਼ ਜਿਹਦੇ ਚ ਅਸੀਂ ਕਹਿ ਦਿੰਨੇ ਹਾਂ ਹਾਰਟ ਦੀ ਵੈਸਲਜ਼ ਬਲੌਕ ਹੋ ਜਾਂਦੀਆਂ ਹੈ ਹਾਰਟ ਨੂੰ ਸਟੈਂਟ ਲੱਗ ਜਾਂਦੇ ਹੈ ਹਾਰਟ ਅਟੈਕਸ ਆ ਜਾਂਦੇ ਹੈ ਸਾਡੇ ਬ੍ਰੇਨ ਦੇ ਵਿੱਚ ਵੈਸਲਜ਼ ਹੈ ਉਹਦੇ ਚ 슈ਗਰ ਦੇ ਨਾਲ ਜਿਹੜੀਆਂ ਬਲੌਕੇਜ ਆ ਜਾਂਦੀਆਂ ਹੈ ਸੋ ਸਟ੍ਰੋਕ ਹੋ ਜਾਂਦਾ ਹੈ ਪੈਰਲਿਸਿਸ ਹੋ ਜਾਂਦਾ ਹੈ ਸੋ ਲੌਂਗ ਟਰਮ ਡਾਇਬੀਟੀਜ਼ ਠੀਕ ਨਹੀਂ ਹੈ ਆਪਾਂ ਜੇ ਕਿਸੇ ਵੀ ਸਾਇੰਸ ਦੀ ਹੈਲਪ ਨਾਲ ਇਹਨੂੰ ਕੰਟਰੋਲ ਜਾਂ ਰਿਵਰਸ ਕਰ ਪਾਈਏ ਆਈ ਥਿੰਕ ਇਹ ਆਪਸ਼ਨ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜੇ ਆਪਾਂ ਇਸ ਆਪਸ਼ਨ ਨੂੰ ਲੈਨੇ ਆ ਤੇ ਆਪਾਂ ਡਾਇਬੀਟੀਜ਼ ਫ੍ਰੀ ਲਾਈਫ ਵੀ ਜੀ ਸਕਦੇ ਅੱਛਾ ਡਾਕਟਰ ਸਾਹਿਬ ਇੱਥੇ ਵੀ ਆਵਾਂਗੇ ਲੇਕਿਨ ਉਸ ਤੋਂ ਪਹਿਲਾਂ ਗੱਲ ਇਹ ਕੀ ਕਿ ਓਬੈਸਿਟੀ ਹੁਣ ਓਬੈਸਿਟੀ ਆਪਾਂ ਅਗ੍ਹਾ ਦੇਖੀਏ ਕਿ ਕਈਆਂ ਦੀਆਂ ਆਰਮਸ ਬੋਥ ਹੈਵੀ ਹੁੰਦੀਆਂ ਨੇ ਜਾਂ ਕੋਈ ਆਲ ਓਵਰ ਹੀ ਬੋਥ ਹੈਲਦੀ ਹੁੰਦਾ ਹੈ ਓਵਰ weight ਹੁੰਦਾ ਕਹਿ ਸਕਦੇ ਆ ਅ ਕਿਸੇ ਦਾ ਟਮਮੀ ਬੋਥ ਹੈਵੀ ਹੁੰਦਾ ਕਿਸੇ ਲੈਗਸ ਬੋਥ ਹੈਵੀ ਹੁੰਦੀਆਂ ਔਰ ਕੋਈ ਲੈਗਸ ਔਰ ਆਰਮਸ ਨੋਰਮਲ ਹੁੰਦੀਆਂ ਲੇਕਿਨ ਜਿਹੜਾ ਟਮਮੀ ਹੁੰਦਾ ਬੋਥ ਹੈਵੀ ਹੁੰਦਾ ਮੀਨਸ ਟਾਈਪਸ ਆਫ ਓਬੈਸਿਟੀ ਹੁੰਦੀਆਂ ਜਿਹਦੇ ਵਿੱਚ ਤੁਸੀਂ ਸਰਜਰੀ ਕਰਦੇ ਹੋ ਬੇਸਿਕਲੀ ਜੇ ਮੈਂ ਕਹਾ ਓਬੈਸਿਟੀ ਦੀ ਗੱਲ ਕਰਾਂ ਸੋ ਜੇ ਦੇਖਿਆ ਜਾਏ ਤਾਂ ਏਸ਼ੀਆ ਤੇ ਯੂਰਪ ਇਹ ਦੋ ਚੀਜ਼ਾਂ ਚ ਡਿਵੀਜ਼ਨ ਹੈ ਓਬੈਸਿਟੀ ਨੂੰ ਲੈ ਕੇ ਜਿਹੜੇ ਸਾਡੇ ਏਸ਼ੀਅਨਸ ਹੈ ਏਸ਼ੀਆ ਦੇ ਵਿੱਚ ਸਾਰੇ ਕੰਟਰੀਜ਼ ਆ ਜਾਂਦੇ ਆ ਇੰਡੀਆ ਪਾਕਿਸਤਾਨ ਬੰਗਲਾਦੇਸ਼ ਐਂਡ ਏਸ਼ੀਅਨ ਕੰਟਰੀਜ਼ ਸੋ ਇਥੇ ਜਿਹੜੀ ਡਾਇਬੀਟੀਜ਼ ਹੈ ਓਬੈਸਟੀ ਦੇ ਨਾਲ ਟਾਈਪ 2 ਆਉਂਦੀ ਹੈ ਪਰ ਜੇ ਆਪਾਂ ਕਹੀਏ ਓਬੈਸਟੀ ਓਬੈਸਟੀ ਚ ਕੀ ਫਰਕ ਹੈ ਇਥੇ ਜਿਹੜੀ ਓਬੈਸਟੀ ਹੈ 댓 ਇਜ਼ ਐਪਲ ਸ਼ੇਪ ਓਬੈਸਟੀ ਜੇ ਜੇ ਮੈਂ ਕਹਾਂ ਜੇ ਆਪਾਂ ਮੇਲਜ਼ ਨੂੰ ਦੇਖੀਏ ਸਪੈਸ਼ਲੀ ਉਹਨਾਂ ਦਾ ਸਾਰਾ ਜਿਹੜਾ ਫੈਟ ਹੈ ਬਾਡੀ ਤੇ ਪੇਟ ਤੇ ਹੀ ਹੁੰਦਾ ਇਹ ਫੀਮੇਲ ਦੇ ਵਿੱਚ ਇਹ ਪੀਅਰ ਸ਼ੇਪ ਆਬੈਸਟੀ ਹੈ ਜਿਵੇਂ ਆਪਾਂ ਇੱਕ ਪੀਅਰ ਨੂੰ ਇਮੇਜਿਨ ਕਰਦੇ ਆਂ ਉਸ ਤਰ੍ਹਾਂ ਇੱਥੇ ਲੇਡੀਜ਼ ਦੇ ਉੱਪਰ ਜੋ ਆਬੈਸਟੀ ਆਂਦੀ ਹੈ ਹੁਣ ਜੇ ਅਸੀਂ ਯੂਰੋਪੀਅਨ ਨੂੰ ਦੇਖਦੇ ਆਂ ਯੂਰਪ ਦੇ ਪੇਸ਼ੈਂਟਸ ਨੂੰ ਲੋਕਾਂ ਨੂੰ ਦੇਖਦੇ ਆਂ ਉਹ ਓਵਰਆਲ ਥੋੜੇ ਜੇ ਪਾਰੇ ਹੁੰਦੇ ਆ ਉਹਨਾਂ ਦੇ ਹੱਥ ਪੈਰ ਅੱਖਾਂ ਪਲੱਸ ਗਰਦਨ ਤੇ ਫੈਟ ਚਿਹਰੇ ਤੇ ਫੈਟ ਕਿਉਂਕਿ ਉਹਨਾਂ ਦੇ ਫਾਸਟ ਫੂਡ ਦੇ ਉੱਪਰ ਜ਼ਿਆਦਾ ਕਨਸੈਂਟ੍ਰੇਸ਼ਨ ਹੁੰਦੀ ਹੈ ਸੋ ਇਹ ਬੇਸਿਕਲੀ ਇਟਸ ਅ ਜੈਨੇਟਿਕ ਮੇਕਅਪ ਰਾਈਟ ਜਿਹੜਾ ਸਾਡਾ ਜੈਨੇਟਿਕ ਮੇਕਅਪ ਹੈ ਏਸ਼ੀਆ ਦਾ ਜੈਨੇਟਿਕ ਮੇ ਇਥੇ ਜਿਹੜੀ ਓਬੈਸਟੀ ਹੈ ਉਹ ਉਹ ਮੋਰ ਸੈਂਟਰਲ ਓਬੈਸਟੀ ਹੈ ਸੈਂਟਰ ਦੇ ਵਿੱਚ ਫੋਕਸ ਹੈ ਤੇ ਬਾਹਰਲੇ ਜਿਹੜੇ ਕੰਟਰੀਜ਼ ਹੈ ਯੂਰਪ ਦੇ ਵਿੱਚ ਉਹਨਾਂ ਦੀ ਓਬੈਸਟੀ ਹੈ ਉਹ ਪੈਰੀਫਰਿਕ ਫੋਕਸਡ ਹੈ ਸੋ ਜਿਹੜੀ ਇਹ ਸੈਂਟਰਲ ਓਬੈਸਟੀ ਹੈ ਇਹ ਜ਼ਿਆਦਾ ਖਤਰਾ ਕਿਉਂ ਦਿੰਦੀ ਹੈ ਕਿ ਜਿੰਨਾ ਆਪਾਂ ਨੂੰ ਪੇਟ ਤੇ ਜਾਂ ਲੇਡੀਜ਼ ਦੇ ਵਿੱਚੇ ਪੇਟ ਤੇ हिਪਸ ਤੇ ਫੈਟ ਜਿੰਨਾ ਦਿਖ ਰਿਹਾ ਉਹ ਫੈਟ ਬਾਹਰ ਹੀ ਨਹੀਂ ਹੈ ਉਹ ਅੰਦਰ ਆਰਗਨਸ ਤੇ ਵੀ ਹੈ ਪੈਨਕ੍ਰੀਆਸ ਤੇ ਜਦੋਂ ਬਣ ਜਾਂਦਾ ਹੈ ਡਾਇਬੀਟਿਸ ਆ ਜਾਂਦੀ ਹੈ ਲਿਵਰ ਤੇ ਬਣ ਜਾਂਦਾ ਹੈ ਫੈਟੀ ਲਿਵਰ ਹੋ ਜਾਂਦਾ ਹੈ ਤੇ ਅਲਟੀਮੇਟਲੀ ਲਿਵਰ ਸਿਰੋਸਿਸ ਬਣ ਜਾਂਦਾ ਹੈ ਕਿਡਨੀ ਸੇ ਆ ਜਾਂਦਾ ਹੈ ਸੋ ਅਲਟੀਮੇਟਲੀ ਜਿਹੜੀ ਇਹ ਸੈਂਟਰਲ ਓਬੈਸਟੀ ਹੈ ਇਹ ਜ਼ਿਆਦਾ ਖਤਰਨਾਕ ਹੈ ਏਸ਼ੀਆ ਦੇ ਵਿੱਚੇ ਐਸ ਕੰਪੇਅਰ ਟੂ ਜਿਹੜੀ ਓਵਰਆਲ ਓਬੈਸਟੀ ਹੈ ਜਿਹੜੀ ਯੂਰੋਪੀਅਨਸ ਅਸੀਂ ਦੇਖਦੇ ਹਾਂ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਕਿ ਐਪਲ ਔਰ ਪੀਅਰ ਸ਼ੇਪ ਦੀ ਗੱਲ ਕਰ ਰਹੇ ਹੋ ਜ਼ਿਆਦਾਤਰ ਕਿਸ ਇਸ ਕਿਹੜੇ ਆਂਦੇ ਨੇ ਤੇ ਨਾਲੇ ਨਾਲ ਇਹ ਵੀ ਗੱਲ ਦੱਸੋ ਕਿ ਜਦੋਂ ਓਬੈਸਟੀ ਦੀ ਆਪਾਂ ਗੱਲ ਕਰਦੇ ਹਾਂ ਇਹਦੀ ਜਿਹੜੀ ਸ਼ੁਰੂਆਤ ਹੈ ਜਿਹੜੇ ਸਿੰਪਟਮਸ ਨੇ ਉਹ ਸਭ ਤੋਂ ਪਹਿ ਬੇਸਿਕਲੀ ਦੇਖੋ ਹਰ ਕੋਈ ਚਾਹੁੰਦਾ ਆਪਣੇ ਆਪ ਚ ਫਿਟ ਹੋਣਾ ਤੇ ਲੋਕੀ ਸਾਡੇ ਕੋਲ ਹੀ ਆਉਂਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡਾ weight ਨਹੀਂ ਘਟ ਰਿਹਾ ਤੇ weight ਦੇ ਨਾਲ ਜਿਹੜੀਆਂ ਬਿਮਾਰੀਆਂ ਹੈ ਡਾਇਬੀਟੀਜ਼ ਤੇ ਬਲੱਡ ਪ੍ਰੈਸ਼ਰ ਤੋਂ ਇਲਾਵਾ ਵੀ ਲੋਕਾਂ ਨੂੰ ਜੁਆਇੰਟ ਪੇਨਸ ਹੈ ਕਿਸੇ ਨੂੰ ਗੋਡੇ ਦੀ ਦਰਦ ਹੈ ਕਿਸੇ ਨੂੰ ਕਮਰ ਚ ਦੁਖਦਾ ਹੈ ਔਰਤਾਂ ਦੇ ਵਿੱਚ ਇਨਫਰਟੀਲਿਟੀ ਹੈ ਪਲੱਸ ਸਾਹ ਦੀ ਪ੍ਰੋਬਲਮ ਸਲੀਪ ਐਪਨੀਆ ਸੋ ਇਹ ਸਾਰੀਆਂ ਬਿਮਾਰੀਆਂ ਮੋਟਾਪਾ ਨਾਲ ਲੈ ਕੇ ਆਂਦਾ ਹੈ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਮੋਟਾਪਾ ਕਿਵੇਂ ਡਿਫਾਈਨ ਹੁੰਦਾ ਬੋਡੀ ਮਾਸ ਇੰਡੈਕਸ ਹਾਂਜੀ ਸਾਡਾ ਨੋਰਮਲ ਬੋਡੀ ਮਾਸ ਇੰਡੈਕਸ ਹਰ ਹਰ ਇਨਸਾਨ ਦਾ ਹਾਈਟ weight ਦੇ ਨਾਲ ਇੱਕ ਅਸੀਂ ਬੋਡੀ ਮਾਸ ਇੰਡੈਕਸ ਕੱਢ ਸਕਦੇ ਹਾਂ ਨੋਰਮਲ ਬੋਡੀ ਮਾਸ ਇੰਡੈਕਸ 18.50 ਲੈ ਕੇ 24.5 ਤੱਕ ਹੁੰਦਾ ਹੈ 25 ਤੋਂ 30 ਤੱਕ ਅਸੀਂ ਕਹਿੰਦੇ ਹਾਂ ਗ੍ਰੇਡ 1 ਮੋਟਾਪਾ ਰਾਈਟ ਠੀਕ ਹੈ 30 ਤੋਂ 35 ਤੱਕ ਅਸੀਂ ਕਹਿੰਦੇ ਹਾਂ ਗ੍ਰੇਡ 2 ਮੋਟਾਪਾ 35 ਤੋਂ ਉੱਪਰ ਅਸੀਂ ਕਹਿੰਦੇ ਹਾਂ ਮੋਰਬਿਡ ਮੋਟਾਪਾ ਮਤਲਬ ਉਹ ਮੋਟਾਪਾ ਇਹਨਾਂ ਬੋਡੀ ਫੈਟ ਜਿਹੜਾ ਸਾਡੀ ਜ਼ਿੰਦਗੀ ਨੂੰ ਖਤਰਾ ਦੇ ਸਾਡੀ ਕੁਆਲਿਟੀ ਆਫ ਲਾਈਫ ਨੂੰ ਇਫੈਕਟ ਕਰੇ ਥੈਟ ਇਜ਼ ਮੋਰਬਿਡ ਮੋਟਾਪਾ ਗਾਈਡਲਾਈਨ ਸਾਨੂੰ ਕੀ ਕਹਿੰਦੀ ਹੈ ਕਿ ਜੇ ਕਿਸੇ ਦਾ ਬੀ ਐਮ ਆਈ ਬੋਡੀ ਮਾਸ ਇੰਡੈਕਸ 32 ਤੋਂ ਉੱਪਰ ਹੈ 32 ਤੋਂ ਉੱਪਰ ਬੋਡੀ ਮਾਸ ਇੰਡੈਕਸ ਪਲੱਸ ਕੋਈ ਵੀ ਦੋ ਮੈਡੀਕਲ ਕੰਡੀਸ਼ਨਸ ਹੈ ਜਿਵੇਂ ਡਾਇਬੀਟੀਜ਼ ਬਲੱਡ ਪ੍ਰੈਸ਼ਰ ਸਲੀਪ ਐਪਨੀਆ ਹਾਰਟ ਦੀ ਪ੍ਰੋਬਲਮ ਗੋਡਿਆਂ ਦੀ ਪ੍ਰੋਬਲਮ 32 ਬੀ ਐਮ ਆਈ ਦੇ ਨਾਲ ਕੋਈ ਵੀ ਦੋ ਬਿਮਾਰੀਆਂ ਹਨ ਤੁਸੀਂ ਸਾਇੰਸ ਦੀ ਮਦਦ ਲਓ ਜਾਂ ਕਿਸੇ ਦੀ ਬੀ ਐਮ ਆਈ ਸਿਰਫ 35 ਤੋਂ ਉੱਪਰ ਹੈ ਤੇ ਮੈਡੀਕਲ ਕੰਡੀਸ਼ਨਸ ਨਹੀਂ ਵੀ ਤਾਂ ਵੀ ਤੁਸੀਂ ਸਾਇੰਸ ਦੀ ਮਦਦ ਲਓ ਇਹ ਸਾਡੇ ਲਈ ਵੀ ਇੱਕ ਗਾਈਡਲਾਈਨ ਤੇ ਬੈਂਚਮਾਰਕ ਬਣਿਆ ਹੋਇਆ ਹੈ ਜਿਹੜਾ ਐਕਸਟੈਂਸਿਵ ਰਿਸਰਚ ਨਾਲ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਹਾਂ ਕਿ ਜਦੋਂ ਬੋਡੀ ਦਾ weight ਵਧੇ ਇੰਨਾ ਵੱਧ ਜੇ ਅਬੋਵ ਲੇਵਲ ਕਿ ਬਿਮਾਰੀਆਂ ਨਾਲ ਲੈ ਕੇ ਆਏ ਆਈ ਥਿੰਕ ਵੀ ਸ਼ੁਡ ਐਕਟ ਐਂਡ ਡੂ ਸਮਥਿੰਗ ਅੱਛਾ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਸਰਜਰੀ ਦੀ ਅ ਕਿ ਤੁਸੀਂ ਜਿਹੜੀ ਸਰਜਰੀ ਹੈ ਉਹ ਯੂਥ ਵਿੱਚ ਵੀ ਕਰਦੇ ਹੋ ਛੋਟੇ ਬੱਚਿਆਂ 'ਚ ਵੀ ਕਰਦੇ ਹੋ ਤੇ ਵੱਡੇ 'ਚ ਵੀ ਕਰਦੇ ਚਲੋ ਵੱਡੇ 'ਚ ਤੇ ਚਲੋ ਆਂਦੀ ਹੈ ਇਹਲੀ ਚੀਜ਼ ਦੀ ਪ੍ਰੋਬਲਮ ওভারਵੇਟਿੰਗ ਦੀ ਕਿ ਇਹ ਸਰਜਰੀ ਐਪਲੀਕੇਬਲ ਹੈ ਛੋਟੇ ਬੱਚਾ ਤੋਂ ਮੈਨੂੰ ਕਿੰਨੀ ਉਮਰ ਤੋਂ ਇਹ ਐਪਲੀਕੇਬਲ ਹੈ ਹੁਣ ਜੇ ਮੈਂ ਕਹਾਂ ਕਿ ਮੇਰੇ ਕੋਲੇ ਮੇਰੇ ਜਿਹੜੀ ਸੀਰੀਜ਼ ਦੇ ਵਿੱਚ ਯੰਗੇਸਟ ਜਿਹੜੇ ਮੇਰੇ ਕੋਲੇ ਪੇਸ਼ੈਂਟਸ ਹੈ ਉਹ 6 ਸਾਲ ਤੋਂ ਲੈ ਕੇ ਐਲਡੇਸ ਪੇਸ਼ੈਂਟ 81 ইয়ারਸ تک ਦੇ ਹੈ ਸੋ ਜਿਵੇਂ ਕਹਾਂ ਕਿ 6-8 ਸਾਲ ਦਾ ਬੱਚੇ ਦੇ ਵਿੱਚੇ ਜਦੋਂ ਮੋਟਾਪਾ ਇੰਨਾ ਆ ਗਿਆ ਜਿਹਦੇ ਵਿੱਚ ਉਹਦੀ ਗਰੋਥ ਇਫੈਕਟ ਹੋ ਰਹੀ ਹੈ ਬਾਡੀ ਦੇ ਫੰਕਸ਼ਨਸ ਇਫੈਕਟ ਹੋ ਰਹੇ ਹੈ ਸੇ ਹੁਣ ਤੁਸੀਂ ਇੱਕ ਛੋਟੇ ਬੱਚੇ ਨੂੰ ਕਿੰਨਾ ਕੰਟਰੋਲ ਕਰ ਰਹੋਗੇ ਖਾਣੇ ਪੀਣੇ ਨੂੰ ਲੈ ਕੇ ਸੋ ਤੁਹਾਨੂੰ ਸਾਇੰਸ ਦੀ ਮਦਦ ਨਾਲ ਕੁਝ ਇਸ ਤਰ੍ਹਾਂ ਕਰਨਾ ਪੈਂਦਾ ਹੈ ਕਿ ਬੱਚਾ ਖਾਏ ਵੀ ਬੱਚੇ ਦੀ ਗਰੋਥ ਵੀ ਇਫੈਕਟ ਨਾ ਹੋਏ ਪਰ ਬੱਚੇ ਦਾ weight ਵੀ ਕੰਟਰੋਲ ਚ ਆ ਜਾਏ ਜੇ weight ਕੰਟਰੋਲ ਚ ਨਹੀਂ ਆਏਗਾ ਤੇ ਇਹ ਬੱਚੇ ਆਪਣੇ 20-25 ਸਾਲ ਤੱਕ ਵੀ ਨਹੀਂ ਪਹੁੰਚ ਪਾਣਗੇ ਕਈ ਸਾਡੇ ਕੋਲ ਇਹੋ ਜਿਹੇ ਕੇਸਸ ਆਉਂਦੇ ਆ ਸੋ ਹਰ ਪੇਸ਼ੈਂਟ ਦੇ ਅਕੋਰਡਿੰਗਲੀ ਇੱਕ ਹੋਲਿਸਟਿਕ ਅਪਰੋਚ ਇੱਕ ਸਪੈਸੀਫਿਕ ਅਪਰੋਚ ਦੇਣੀ ਪੈਂਦੀ ਹੈ ਕਿ ਜਿਹਦੇ ਚ ਵੇਟ ਵੀ ਘਟੇ ਬਿਮਾਰੀਆਂ ਵੀ ਘਟਣ ਜਾਂ ਬਿਮਾਰੀਆਂ ਨਾ ਆਣ ਤੇ ਕੁਆਲਿਟੀ ਆਫ ਲਾਈਫ ਮਤਲਬ ਜ਼ਿੰਦਗੀ ਅੱਗੇ ਹੋਰ ਚੰਗੀ ਰਹੇ ਤੁਸੀਂ ਵੇਟ ਲੌਸ ਦੀ ਗੱਲ ਕੀਤੀ ਹੈ ਤੇ ਬੈਰੀਟ੍ਰਿਕ ਤੇ ਮੈਟਾਬੋਲਿਕ ਚ ਡਿਫਰੈਂਸ ਕੀ ਹੈ ਜਿਸਕੇ ਇਹਨਾਂ ਦੋਨਾਂ ਦਾ ਅਗਰ ਕੰਪੈਰੀਜ਼ਨ ਕਰੀਏ ਤਾਂ ਇਹਨਾਂ ਦਾ ਡਿਫਰੈਂਸ ਕੀ ਹੈ ਜਿਹੜੀ ਬੈਰੀਟ੍ਰਿਕ ਸਰਜਰੀ ਹੈ ਬੇਸਿਕਲੀ ਫੋਕਸ ਕਰਦੀ ਹੈ ਵੇਟ ਨੂੰ ਘਟਾਉਣ ਲਈ ਕਿ ਅਸੀਂ ਵੇਟ ਘਟਾਉਣਾ ਹੈ ਆਪਣਾ ਖੇਤਰਫਲ ਘਟਾਉਣਾ ਹੈ ਜੇਸੀ ਕਰੀਏ ਮੈਟਾਬੋਲਿਕ ਸਰਜਰੀ ਇਹ ਮੈਟਾਬੋਲਿਜ਼ਮ ਨੂੰ ਠੀਕ ਕਰਦੀ ਹੈ ਮੈਟਾਬੋਲਿਜ਼ਮ ਚ ਕੀ ਆਂਦਾ ਹੈ ਜਿਹੜਾ ਡਾਇਬੀਟਿਸ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਇਹ ਤਿੰਨੋ ਚੀਜ਼ਾਂ ਮੈਟਾਬੋਲਿਕ ਪ੍ਰੋਬਲਮ ਹੈ ਇਹ ਜਿਹੜੇ ਮੈਟਾਬੋਲਿਕ ਆਪਰੇਸ਼ਨਸ ਹੈ ਇਹਨਾਂ ਦਾ ਮੇਨ ਫੋਕਸ ਰਹਿੰਦਾ ਹੈ ਇਹ ਤਿੰਨ ਬਿਮਾਰੀਆਂ ਨੂੰ ਜੜ ਤੋਂ ਖਤਮ ਕਰਨਾ ਪਲੱਸ ਕੁਝ ਹੱਦ ਤੱਕ weight ਕੰਟਰੋਲ ਕਰਨਾ ਸੋ ਮੈਟਾਬੋਲਿਕ ਸਰਜਰੀ ਫੋਕਸਸ ਮੇਨ ਕਿ ਸਾਡਾ ਬਾਡੀ ਦਾ ਮੈਟਾਬੋਲਿਜ਼ਮ ਠੀਕ ਹੋਏ ਤੇ ਅਸੀਂ ਬਿਮਾਰੀਆਂ ਮੁਕਤ ਹੋ ਜਾਈਏ ਕਿਉਂਕਿ ਅਲਟੀਮੇਟਲੀ ਜਿਹੜੇ ਜਿਨ੍ਹਾਂ ਪੇਸ਼ੈਂਟਸ ਨੂੰ ਮੈਂ ਮੈਟਾਬੋਲਿਕ ਸਰਜਰੀ ਆਫਰ ਕਰਦਾ ਹਾਂ ਉਹਦੇ ਵਿੱਚ ਮੇਰਾ ਮਕਸਦ ਹੀ ਇਹ ਰਹਿੰਦਾ ਹੈ ਕਿ ਬਿਮਾਰੀਆਂ ਖਤਮ ਤੇ weight ਥੋੜਾ ਕੰਟਰੋਲ ਬਾਕੀ ਜਿਨ੍ਹਾਂ ਨੂੰ ਬੈਰੀਟ੍ਰਿਕ ਅਸੀਂ ਆਫਰ ਕਰਦੇ ਆ ਉਹਨਾਂ ਚ ਮੇਨ ਪਰਪਸ ਇਹ ਹੈ ਕਿ weight 50-60 kg ਕਟੇ ਤਾਂ ਕਿ ਬੋਡੀ ਕੰਟਰੋਲ ਚ ਜਾ ਜਾਏ अच्छा डॉक्टर साहब ਤੁਸੀਂ ਇਹਦੀ ਗੱਲ ਕੀਤੀ ਹੈ ਕਿ ਬੈਰੀਟ੍ਰਿਕ ਤੇ ਮੈਟਾਬੋਲਿਕ ਦੀ ਇਹਦੇ ਵਿੱਚ ਚਲੋ ਤੁਸੀਂ ਡਿਫਰੈਂਸ ਵਿਆਖਾ ਦਿੱਤਾ ਲੇਕਿਨ ਇਹ ਵੀ ਗੱਲ ਹੈ ਕਿ ਜਦੋਂ ਵੀ ਅਸੀਂ ਕਿਸੇ ਪੇਸ਼ੈਂਟ ਨਾਲ ਗੱਲ ਕਰਦੇ ਹਾਂ ਕਿ ਤੁਹਾਡਾ ਓਵਰ weight ਹੋ ਚੁੱਕਾ ਹੈ ਤੁਹਾਨੂੰ ਸਰਜਰੀ ਦੀ ਜ਼ਰੂਰਤ ਹੈ ਕਿਤਨਾ ਕਿਤੇ ਉਹਦੇ ਮਨ ਦੇ ਵਿੱਚ ਡਰ ਵੀ ਰਹਿੰਦਾ ਹੈ ਉਹਦੇ ਮਨ ਵਿੱਚ ਹੁੰਦਾ ਹੈ ਕਿ ਉਹ ਸਰਜਰੀ ਜਦੋਂ ਅਸੀਂ ਆਪਰੇਸ਼ਨ ਸਰਜਰੀ ਦਾ ਵਰਡ ਸੁਣਦੇ ਆ ਆਮ ਜ਼ਿੰਦਗੀ ਵਿੱਚ ਵੀ ਹੁੰਦੇ ਆ ਤੇ ਕਿਤਨਾ ਕਿਤੇ ਸਾਡੇ ਅੰਦਰ ਬਹੁਤ ਕੌਨਸ਼ੀਅਸਨੈਸ ਆ ਜਾਂਦੀ ਤੇ ਅਸੀਂ ਕਈ ਵਾਰੀ ਉੱਥੇ ਭੱਜ ਵੀ ਜਾਂਦੇ ਆ ਇਸ ਚੀਜ਼ ਵਿੱਚ ਤੇ ਅਸੀਂ ਉਹਨਾਂ ਨੂੰ ਕਿਵੇਂ ਆਪਾਂ ਟਰਸਟ ਦਿਵਾ ਸਕਦੇ ਹਾਂ ਕਿ ਜਿਹੜੀ ਸਰਜਰੀ ਹੋਏਗੀ ਜਾਂ ਜੋ ਵੀ ਤੁਹਾਡੇ ਉਪਰ ਟ੍ਰੀਟਮੈਂਟ ਕੀਤਾ ਜਾਏਗਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ ਬੇਸਿਕਲੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੁੰਦੀ ਹੈ ਉਹ ਸਾਡੇ ਕੋਲ ਜਦੋਂ ਅਪਰੋਚ ਕਰਦੇ ਆ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਆਪਸ਼ਨਸ ਕੀ ਹੈ ਫਿਰ ਜਦੋਂ ਮੰਨ ਲਓ ਜੇ ਅਸੀਂ ਸਾਨੂੰ ਕਿਸੇ ਨੂੰ ਇਹ ਆਪਰੇਸ਼ਨ ਤੇ ਲੈ ਕੇ ਜਾਣਾ ਪੈਂਦਾ ਹੈ ਜਾਂ ਦੱਸਣਾ ਪੈਂਦਾ ਹੈ ਕਿ ਥਿਸ ਇਜ਼ ਅ ਓਨਲੀ ਆਪਸ਼ਨ ਐਂਡ ਦਾ ਲਾਸਟ ਆਪਸ਼ਨ ਸੋ ਬੇਸਿਕਲੀ ਜਿਹੜੇ ਆਪਰੇਸ਼ਨ ਹੈ ਲੈਪਰੋਸਕੋਪੀ ਲੇਜ਼ਰ ਤੇ ਰੋਬੋਟਿਕ ਸਰਜਰੀ ਦੇ ਨਾਲ ਕੀਤੇ ਜਾਂਦੇ ਆ ਇਦਾ ਮਤਲਬ ਇਹ ਹੈ ਕਿ ਜਿਹਦੇ ਵਿੱਚ देयर आर ਨੋ ਮੇਜਰ ਕੱਟਸ ਇਨ ਦਾ ਬਾਡੀ। ਓਕੇ। ਛੋਟੇ-ਛੋਟੇ ਕੀਹੋਲ ਨਾਲ ਇਹ ਇਲਾਜ ਕੀਤਾ ਜਾਂਦਾ ਹੈ। ਜਿਹਦੇ ਵਿੱਚ ਕੋਈ ਸਾਡੀ ਸਪਾਇਨ ਇੰਜੈਕਸ਼ਨ ਨਹੀਂ ਲੱਗਦਾ। ਐਨੈਸਥੀसिया ਨਾਲ ਪੇਸ਼ੈਂਟ ਸੌ ਜਾਂਦਾ ਹੈ 1 ਘੰਟੇ ਦੇ ਅੰਦਰ। ਆਪ ਪ੍ਰੋਸੀਜਰ ਤੋਂ ਬਾਅਦ ਤੁਰਕੇ ਪੇਸ਼ੈਂਟ ਵਾਸ਼ਰੂਮ ਜਾਂਦਾ ਹੈ। ਹਮ। ਐਂਡ ਨੈਕਸਟ ਡੇ ਵੀ ਡਿਸਚਾਰਜ। ਓਕੇ। ਸੋ ਕਹਿੰਦਾ ਮਤਲਬ ਇਹ ਹੈ ਕਿ ਦੇ ਆਰ ਵੈਰੀ ਰੈਪਿਡ ਇਨ ਟਰਮਸ ਆਫ ਰਿਕਵਰੀ। ਹਮ। ਪੇਨਲੈਸ। देयर इज नो ਸਕਾਰ। ਹਮ। थोड़ा कम तापस पहुंचन का जोड़ा टाइम है एवरेज वन वीक टू टेन डेज है सो <laughs> हॉस्पिटल so, तो दो दिन बाद डिस्चार्ज हो जाना यस सो so, बाकी रहेगी डर दल जो तो पहली बार अपने सारे चु कोई भी चढ़ता है फर्स्ट टाइम इन लाइफ डर लगता है कि यार मैं रह ही ना जावा <laughs> जाज थले आए ना आए मैं उपर ही ना फंस जावा कुछ ना हो जाए बट आई थिंक ओवर टाइम ਇੱਕ ਜਿਹੜੇ ਮੇਰੇ ਕੋਲੇ ਪੇਸ਼ੈਂਟਸ ਕੋਈ ਨਵੇਂ ਪੇਸ਼ੈਂਟਸ ਆਉਂਦੇ ਆ ਮੈਂ ਉਹਨਾਂ ਨੂੰ ਆਪਣੇ ਪੁਰਾਣੇ ਪੇਸ਼ੈਂਟਸ ਦਾ ਰੈਫਰੈਂਸ ਦਿੰਨਾ ਹੈ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਕੇ ਆਪਣੇ ਦੁੱਖ ਸਾਂਝੇ ਕਰਕੇ ਆਪਣੇ ਐਕਸਪੀਰੀਐਂਸੇਜ਼ ਇੱਕ ਦੂਜੇ ਦੇ ਨਾਲ ਸ਼ੇਅਰ ਕਰਕੇ ਇੱਕ ਕੌਨਫੀਡੈਂਸ ਆਂਦਾ ਹੈ ਬਾਕੀ ਦੇਖੋ ਇੱਕ ਵਾਰ ਕਿਸੇ ਤੇ ਵੀ ٹرسٹ ਤਾਂ ਕਰਨਾ ਹੀ ਪਏਗਾ ਯੈਸ ਜੇ ਆਪਾਨੂੰ ਲੱਗਦਾ ਹੈ ਕਿ ਸਾਇੰਸ ਨੇ ਜੇ ਇਹ ਚੀਜ਼ ਬਣਾਈ ਹੈ ਕਿਉਂਕਿ ਬਹੁਤ ਅੱਜ ਦੀ ਡੇਟ 'ਚ ਬਹੁਤ ਇੰਸ਼ੋਰੈਂਸ ਕੰਪਨੀਆਂ ਵੀ ਇਹਨੂੰ ਕਵਰ ਕਰ ਰਹੀ ਹੈ ਥੈਟ ਮੀਨਸ ਕਿ ਗਵਰਨਮੈਂਟ ਨੇ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਇਨਸ਼ੋਰੈਂਸ ਕੰਪਨੀ ਨੂੰ ਵੀ ਇੱਕ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਇਹ ਬਿਮਾਰੀ ਹੈ ਜਿਹੜੇ ਐਲੀਜੀਬਲ ਹੈ ਸੋ ਆਈ ਥਿੰਕ ਦੇ ਸ਼ੁਡ ਕਮ ਫਾਰਵਰਡ ਤੇ ਇੱਕ ਵਾਰ ਸਾਡੇ ਕੋਲੇ ਆਣ ਇੱਕ ਕਦਮ ਵਿਧਾਨ ਤੇ ਅਸੀਂ ਵੀ ਉਹਨਾਂ ਦੀ ਇੱਕਦਮ ਉਹ ਵਿਧਾਨਗੇ ਇੱਕਦਮ ਅਸੀਂ ਵਧਾਵਾਂਗੇ ਹੈਲਪ ਕਰਾਂਗੇ ਦੱਸਾਂਗੇ ਇਟਸ ਜਸਟ ਅ ਡਿਸਕਸ਼ਨ ਪਰ ਜਦੋਂ ਤੱਕ ਅਸੀਂ ਬਾਹਰ ਨਿਕਲਾਂਗੇ ਹੀ ਨਹੀਂ ਬਾਹਰ ਹੀ ਨਹੀਂ ਆਵਾਂਗੇ ਡਿਸਕਸ ਹੀ ਨਹੀਂ ਕਰਾਂਗੇ ਆਈ ਥਿੰਕ ਅਸੀਂ ਆਪਣੇ ਆਪ ਨੂੰ ਹੋਰ ਪਰੇਸ਼ਾਨ ਤੇ ਬਿਮਾਰੀਆਂ ਚ ਹੋਰ ਘੇਰ ਕੇ ਖਤਮ ਕਰਨ ਦੇ ਪਾਸੇ ਤੁਰ ਪੈਣੇ ਅਚਾ ਡਾਕਟਰ ਸਾਹਿਬ ਕੋਈ ਦੱਸੀ ਆਪਣੇ ਦਰਸ਼ਕਾਂ ਦੇ ਨਾਲ ਜਿਹੜੇ ਦੇਖ ਰਹੇ ਨੇ ਕਈਆਂ ਨੂੰ ਓਵਰ weight ਹੋਇਆ ਵੀ ਹੋਏਗਾ ਕੋਈ ਇਹੋ ਜਿਹਾ ਕਿੱਸਾ ਜਾਂ ਕੋਈ ਇਹੋ ਜਿਹਾ ਪੇਸ਼ੈਂਟ ਜਿਹਦਾ ਮੀਨਸ ਕੀ ਜਿਹੜੀ ਸਟੱਡੀ ਕਰਨਾ ਬਹੁਤ ਕੰਪਲਿਕੇਟਿਡ ਸੀ ਜਾਂ ਉਹਨੂੰ ਠੀਕ ਕਰਨਾ ਬਹੁਤ ਕੰਪਲਿਕੇਟਿਡ ਸੀ ਲੇਕਿਨ ਤੁਸੀਂ ਉਹਨੂੰ ਫਿਟ ਕਰਤਾ ਕੋਈ ਇਹੋ ਜਿਹਾ ਸ਼ੇਅਰ ਕਰਨਾ ਚਾਹੋ ਮੇਰੇ ਮੇਰੇ ਇੱਕ ਪੇਸ਼ੈਂਟ ਹੈ ਇੱਕ ਯੰਗ ਲੜਕਾ ਮੈਨੂੰ ਅ ਅੱਜ ਤੋਂ ਆਈ ਥਿੰਕ ਜਦੋਂ ਮੈਂ ਪੰਜਾਬਾ ਕੀ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ Uh, 19 ਸਾਲ ਦੀ ਏਜ ਚ ਮੈਨੂੰ ਮਿਲਿਆ ਉਦੋਂ ਉਹਦਾ weight ਸੀਗਾ 185 ਕਿਲੋ ਰਾਈਟ ਸੋ ਆਬਵੀਅਸਲੀ ਯੰਗ ਏਜ ਹੈ ਡਰ ਲੱਗਦਾ ਹੈ ਹਜੇ ਉਹਨੂੰ ਹੋਰ ਬਿਮਾਰੀਆਂ ਨਹੀਂ ਹੋਈਆਂ ਸੀਗੀਆਂ ਬਾਜੋ ਆਪਣਾ ਟ੍ਰੀਟਮੈਂਟ ਕਰਵਾਉਣਾ ਚਾਹੁੰਦਾ ਸੀਗਾ ਉਹਦੀ ਮਦਰ ਉਹਨੂੰ ਮੇਰੇ ਕੋਲੇ ਲੈ ਕੇ ਆਈ ਸੀ ਮੈਂ ਉਹਨੂੰ ਸਮਝਾਇਆ ਸੀ ਉਹਦਾ ਮਨ ਬਣਿਆ ਪਰ ਮਨ ਬਨਨ ਦੇ ਨਾਲ-ਨਾਲ ਮਨ ਚ ਡਰ ਵੀ ਬਹੁਤ ਸੀਗਾ ਸੋ ਉਹਨੇ ਕਿਸੇ ਨੇ ਉਹਨੂੰ ਡਰਾ ਬਹੁਤ ਦਿੱਤਾ ਉਹਨੇ ਮਨ ਬਣਾਉਣ ਤੋਂ ਬਾਅਦ ਆਪਣਾ ਪ੍ਰੋਸੀਜਰ ਕੈਨਸਲ ਕਰਤਾ ਉਹ ਅਗਲੇ 4 ਸਾਲ ਮੇਰੇ ਬਹੁਤ ਪੇਸ਼IENTS ਨੂੰ ਮਿਲਦਾ ਰਿਹਾ ਅੱਛਾ ਮਿਲਦਾ ਰਿਹਾ ਸਰਚ ਕਰਦੇ ਰਿਹਾ ਸਰਚ ਕਰਦਾ ਰਿਹਾ ਮਿਲਦਾ ਰਿਹਾ ਉਹਨੇ ਆਪਣੇ ਤੋਂ ਛੋਟੀ ਏਜ ਦੇ ਪੇਸ਼IENTS ਨੂੰ ਵੀ ਮਿਲਿਆ ਵੱਡੀ ਏਜ ਦੇ ਵੀ ਪੇਸ਼IENTS ਨੂੰ ਮਿਲਿਆ ਪਰ ਉਹ 4 ਸਾਲਾਂ ਚ ਉਹਦਾ weight 180 85 ਤੋਂ ਜਾ ਕੇ 250 ਤੱਕ ਪਹੁੰਚ ਗਿਆ ਅੱਛਾ ਓਕੇ ਉਹਦਾ ਬ੍ਰਦਰ ਹੁਣ ਆਸਟ੍ਰੇਲੀਆ ਰਹਿੰਦਾ ਹੈ ਹੁਣ ਆਪਣੇ weight ਦੇ ਨਾਲ ਉਹ ਆਪਣੇ exams ਜਦੋਂ ਦੇਣ ਗਿਆ 20 ਸਾਲ ਦੀ ਏਜ 'ਚ ਉੱਥੇ exam hall ਦੇ ਵਿੱਚ ਇਹ ਕਹਿੰਦਾ ਮੇਰੀ ਸੀਟ ਹੀ ਨਹੀਂ ਸੀਗੀ ਉਹ اپنی پڑھائی ਛੱਡਤੀ ਆਪਣੇ ਬ੍ਰਦਰ ਨੂੰ ਨਹੀਂ ਮਿਲਣ ਜਾ ਪਾਇਆ ਬਿਕੋਜ਼ ਜਾਂਚ ਬਿਜ਼ਨਸ ਕਲਾਸ ਚ ਵੀ ਉਹ ਕਹਿੰਦਾ ਮੈਂ ਫਿੱਟ ਨਹੀਂ ਆਣਾ ਸੀਗਾ ਸੋ ਫਾਈਨਲੀ ਜਦੋਂ 2.5 2.5 ਕੁਇੰਟਲ ਤੇ ਮੇਰੇ ਕੋਲੇ ਆਇਆ ਮਨ ਬਣਾ ਕੇ ਜਦੋਂ ਮੈਂ ਉਹਦਾ ਟ੍ਰੀਟਮੈਂਟ ਕੀਤਾ ਹੁਣ ਜਦੋਂ ਉਹਦਾ weight 100 ਕਿਲੋ ਤੱਕ ਆਲਮੋਸਟ ਕੱਟ ਗਿਆ ਤੇ ਹੋਰ ਵੀ ਕੱਟ ਰਿਹਾ ਸੋ ਆਈ ਥਿੰਕ ਉਹਦੀ ਸੈਟੀਸਫੈਕਸ਼ਨ ਜੀ ਹੁੰਦੀ ਹੈ ਲਾਈਫ ਜਿਹੜੀ ਚੇਂਜ ਹੋਈ ਹੈ ਇੱਕ ਪੋਜ਼ਿਟਿਵਿਟੀ ਆਈ ਹੈ ਇੱਕ ਜੀਨ ਦੀ ਚਾਹ ਤੇ ਇੱਕ ਆਪਣੇ ਆਪ ਚ ਖੁਸ਼ੀ ਸੋ ਇਹ ਚੀਜ਼ਾਂ ਸਾਨੂੰ ਵੀ ਮੋਟੀਵੇਟ ਕਰਦੀ ਹੈ ਕਿ ਅਸੀਂ ਹੋਰ ਲੋਕਾਂ ਨੂੰ ਠੀਕ ਕਰੀਏ ਹੋਰ ਲੋਕਾਂ ਤੱਕ ਇਹ ਮੈਸੇਜ ਪਹੁੰਚਾਈਏ ਬਾਕੀ ਇਹ ਹੈ ਕਿ ਇੱਕ ਵਾਰ ਤਾਂ ਸਾਡੇ ਕੋਲੇ ਆਣਾ ਪਏਗਾ ਇੱਕ ਵਾਰ ਅਪਰੋਚ ਕਰਨੀ ਪੈਂਦੀ ਹੈ ਤੁਸੀਂ ਡਾਕਟਰ ਨੂੰ ਮਿਲੋ ਬੇਸਿਕਲੀ ਮੇਰਾ ਹੀ ਮੈਸੇਜ ਰਹੇਗਾ ਕਿ ਜਿਨ੍ਹਾਂ ਦਾ weight ਜ਼ਿਆਦਾ ਹੈ ਡਾਇਬਟੀਜ਼ ਹੈ ਸੋ ਟ੍ਰੀਟਮੈਂਟ ਅਵੇਲੇਬਲ ਹੈ ਮੈਂ ਨਹੀਂ ਤਾਂ ਕੋਈ ਹੋਰ ਪਰ ਕਦਮ ਵਧਾਓ ਆਪਣੇ ਆਪ ਨੂੰ ਤੰਦਰੁਸਤੀ ਵੱਲ ਲੈ ਕੇ ਜਾਓ ਰਾਈਟ ਕਿਉਂਕਿ ਕਹੇ ਵੀ ਜਾਂਦਾ ਹੈ ਕਿ ਲिटल ਨੋਲੇਜ ਇਜ਼ ਡੇਂਜਰਸ ਸੋ ਅਗਰ ਤੁਹਾਡੇ ਕੋਲ ਪੂਰੀ ਨੋਲੇਜ ਹੈ ਤੁਹਾਡਾ ਕੋ ਪੂਰਾ ਉਸ ਚੀਜ਼ ਦਾ ਪੂਰਾ ਤੇ ਡਿਟੇਲ ਹੈ ਤੇ ਤੁਸੀਂ ਆਪਣਾ ਬੜਾ ਅੱਛੇ ਤਰੀਕੇ ਨਾਲ ਲਾਜਵੇ ਕਰ ਸਕਦੇ ਹੋ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਬੜਾ ਅੱਛਾ ਲੱਗਾ ਸੋ ਅਗਲੀ ਵਾਰੀ ਫਿਰ ਤੋਂ ਕੁਝ ਹੋਰ ਹਲ ਟਿਪਸ ਨਾਲ ਹਾਜ਼ਰ ਹੋਵਾਂਗੇ ਤੇ ਨਾਲ ਨਾਲ ਡਾਕਟਰ ਸਾਹਿਬ ਦੇ ਨਾਲ ਹੋਰ ਗੱਲਾਂ ਵੀ ਕਰਾਂਗੇ ਕਿ ਓਵਰ weight ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ ਤੇ ਕਿਵੇਂ ਹੈਲਦੀ ਵੈਲਦੀ ਐਂਡ ਵਾਇਸ ਰਹਿ ਸਕਦੇ ਹਾਂ ਦੇਸ਼ੋ ਦੁਨੀਆ ਦੀ ਬਾਕੀ ਖਬਰਾਂ ਜਾਣ ਲਈ ਤੁਸੀਂ ਬਨੇ ਰਹੋ ਪੀਡੀਸੀ ਨਿਊਜ਼ ਨਾਲ ਧੰਨਵਾਦ